लंगर देख सकते हो, बीबियां पहुंचिया ने इत्थे, बीबियां नाल गलबात करांगे। हाँ जी माता जी कित्थों पहुंचे हो जी? की है भाई कित्थों पहुंचे हो? छन्ना तो आया भाई। छन्ने तो? छन्ना तो। अच्छा कितने दिन हो गए आए? सानू अज 22 दिन हो गए भाई। 22 दिन हो गए? ਰਾਤੀ ਸੌਣ ਚ ਕੋਈ ਦਿੱਕਤ ਆ ਰਹੀ ਹੈ ਜਾਂ ਕੋਈ ਕੋਈ ਦਵਾਈਆਂ ਦੀ? ਟਰਾਲੀ ਜੇ ਪੈਨਿਆ ਉੱਥੇ ਪਏ ਨੇ, ਢਿੱਲੀ ਹੋ ਰਹੀ ਹੈ, ਮਤਲਬ ਬੁਖਾਰ ਚੜਦਾ, ਖੰਘ ਹੋ ਰਹੀ ਹੈ। ਤੇ ਵਾਪਸ ਨਹੀਂ ਜਾਣਾ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ? ਹਾਂ ਵਾਪਸ ਜਦ ਤੱਕ ਕਾਨੂੰਨ ਨਹੀਂ ਹੁੰਦੇ ਇੱਥੇ ਹੀ ਰਹਿਣ ਦੀ ਸੋਚੀ ਹੋਈ ਹੈ। ਇੱਥੇ ਹੀ ਰਹਾਂਗੇ ਬਾਈ। ਤੇ ਦਵਾਈ ਵਗੈਰਾ ਲੈ ਰਹੇ ਹੋ? ਮਿਲੀ ਵੀ ਨਹੀਂ ਹੈਗੀ ਬਾਈ, ਇੱਥੇ ਗਈਆਂ ਉੱਥੇ। ਪਿੱਛੇ ਦਵਾਈ ਦੇ ਰਹੇ ਨੇ? ਉਹ ਸਾਹਮਣੇ ਜਿਹੜਾ ਦਵਾਈ ਦੇ ਰਹੇ ਨੇ ਉੱਥੇ ਜਾ ਕੇ ਲੈ ਸਕਦੇ ਹੋ, ਬੁਖਾਰ ਹੋ ਰਿਹਾ। ਸਭ ਤੋਂ ਪਹਿਲਾਂ ਬੁਖਾਰ ਦੀ ਦਵਾਈ ਲਓ ਜੀ। ਤੇ ਕਿਸ ਤਰ੍ਹਾਂ ਦੇਖਦੇ ਹੋ, ਕਿਉਂ ਨਹੀਂ ਮੋਦੀ ਮੰਨ ਰਿਹਾ? ਕੀ ਪਤਾ ਬਾਈ ਕਦੋਂ ਨਹੀਂ ਮੰਨਦਾ। ਉਮਰ ਕਿੰਨੀ ਹੈ ਤੁਹਾਡੀ? ਸਾਡੀ 60 ਸਾਲ ਤੋਂ ਉੱਤੇ ਹੈ ਬਾਈ, 2 ਸਾਲ। ਹੋਰ ਬੀਬੀਆਂ ਨੇ ਬਾਈ, ਅਸੀਂ 6-7। ਆ ਜਾਓ ਆ ਜਾਓ ਜੀ, ਦਿਖਾ ਦਿਓ। ਤੇ ਹੋਰ ਵੀ ਜਿਹੜੀਆਂ ਬੀਬੀਆਂ ਨੇ ਇੱਥੇ ਪਹੁੰਚੀਆਂ ਨੇ, ਦੇਖ ਸਕਦੇ ਹੋ ਤੁਸੀਂ ਲੰਗਰ ਦਾ ਜਿਹੜਾ ਸਾਰਾ ਪ੍ਰਬੰਧ ਆ ਕੀਤਾ ਗਿਆ। ਇੱਥੇ ਚੁੱਲ੍ਹੇ ਜਿਹੜੇ ਨੇ ਉਹ ਬਣਾਏ ਗਏ ਨੇ। ਮਾਤਾ ਜੀ ਕਿੱਥੋਂ ਪਹੁੰਚੇ ਹੋ? ਪਟਿਆਲਾ ਜ਼ਿਲ੍ਹਾ ਫਤਿਹਗੜ੍ਹ ਛੰਨਾ ਪਿੰਡ। ਕਿੰਨੇ ਦਿਨ ਹੋ ਗਏ ਪਹੁੰਚੇ? ਅਸੀਂ 26 ਤਰੀਕ ਨੂੰ ਆਏ ਤੇ। ਕਿਸ ਤਰ੍ਹਾਂ ਦੇਖਦੇ ਹੋ ਮੋਦੀ ਕਿਉਂ ਨਹੀਂ ਮੰਨਦਾ ਪਿਆ? ਕੀ ਪਤਾ ਹੈਗਾ ਜੀ, ਹੁਣ ਜੁਗਲ ਮੰਨਦਾ ਨਹੀਂ ਬੈਠੇ ਹਾਂ, ਸੀਵੀ ਨਦਰਾਸਣ ਨਹੀਂ ਬੈਠੇ ਹਾਂ। ਜਿਹਦੇ ਮੰਨ ਲਓ ਉਹਦੇ ਵਗ ਜਾਵਾਂਗੇ, ਉਗਲ ਨਹੀਂ ਬਸ ਸੜਕਾਂ ਦੀ ਡੇਰੇ ਨੇ। ਜਦ ਤੱਕ ਬਿੱਲ ਰੱਦ ਨਹੀਂ ਹੁੰਦੇ। ਹਾਂ ਉਗਲ ਹਲਦੇ ਨਹੀਂ, ਜਿਵੇਂ ਜਿਹੜੇ ਕਾਲੇ ਕਾਨੂੰਨ ਛੇੜੇ ਨੇ ਨੇ, ਜਾਂ ਉਗਲੇ ਸਾਰੇ ਬੰਦ ਨਹੀਂ ਹੁੰਦੇ, ਉਗਲ ਜਾਂਦੇ ਨੇ। ਤੇ ਫੈਮਿਲੀ 'ਚੋਂ ਤੁਸੀਂ ਪਹੁੰਚੇ, ਹੋਰ ਕੌਣ ਕੌਣ ਪਹੁੰਚਿਆ ਤੁਹਾਡੀ ਫੈਮਿਲੀ? ਸਾਡੇ 6 ਤਾਂ ਅਸੀਂ ਬੀਬੀਆਂ, ਬਾਕੀ ਦੇ ਭਰਾ ਨੇ। ਅੱਛਾ, ਬਾਕੀ ਅੱਗੇ ਸਿੰਘੂ ਬਾਰਡਰ ਨੇ? ਹੈ ਅੱਗੇ? ਹਾਂ ਹਾਂ, ਕੁਛ ਬਾਰਡਰ 'ਤੇ ਬਾਕੀ ਕੁਛ ਬੀਬੀਆਂ ਬੈਠੇ ਨੇ। ਅੱਛਾ, ਇਹਦੇ 'ਚ ਬੈਠੇ ਨੇ। ਹਾਂ ਜੀ ਕਿੱਥੋਂ ਪਹੁੰਚੇ ਹੋ ਜੀ? ਲੰਗਰ ਪਾਣੀ ਛੱਕ ਰਹੇ ਹੋ? ਦਾਲ ਪਾਣੀ ਧਰਨ ਲੱਗ ਰਿਹਾ ਵੀਰੇ। ਦਾਲ ਬਣਾਉਣ ਲੱਗੇ ਹੋ? ਹਾਂ ਦਾਲ ਬਣਾਉਣ ਲੱਗਿਆ ਵੀਰੇ। ਕਿੰਨੇ ਦਿਨ ਹੋ ਗਏ ਪਹੁੰਚੇ? ਸਾਨੂੰ ਪਹੁੰਚਣ ਕਿੰਨੇ ਦਿਨ ਹੋ ਗਏ? 26 ਤਰੀਕ ਦੇ ਆਏ ਹੋਏ। ਉਮਰ ਕਿੰਨੀ ਹੈ ਤੁਹਾਡੀ? 60-70 ਦੀ ਹੈ। 60-70 ਦੀ ਹੈ, ਫਿਰ ਵੀ ਦੇਖੋ ਟਰਾਲੀ ਕਿੰਨੀ ਠੰਡੀ ਹੋਈ ਪਈ ਹੈ, ਤਰਪਾਲ ਵੀ ਠੰਡੀ ਹੋ ਜਾਂਦੀ ਹੈ, ਓਸ ਪੈ ਰਹੀ ਹੈ ਇੱਥੇ। ਬਹੁਤ ਵਧੀਆ ਮਜ਼ਾ ਆ ਰਿਹਾ, ਪੂਰਾ ਸਰਦੀ ਨਹੀਂ ਲੱਗਦੀ ਉਰੇ ਤਾਂ, ਘਰ ਨੂੰ ਵੀ ਮਜ਼ਾ ਵਧੀਆ ਆ ਰਿਹਾ। ਘਰ ਵਾਲਿਆਂ ਨੂੰ ਪਤਾ ਵੀ ਜਿਹੜੇ ਕੰਮ ਖਾਤਰ ਆਏ ਨੇ ਉਹ ਜਿੱਤੇ ਨੀ ਹਾਲੇ, ਉਹ ਜਿੱਤਣ ਖਾਤਰ ਆਇਆ, ਜਾਂ ਜਿੱਤ ਜਾਂਗੇ ਘਰ ਵਾਲੇ ਆਪੇ ਕਹਿ ਦੇਣਗੇ ਵੀ ਆਉਣਗੇ। ਰੋਜ਼ ਆਈ ਜਾਂਦੇ ਨੇ ਪਿੰਡੋਂ, ਜਾਈ ਜਾਂਦੇ ਨੇ, ਸਮਾਨ ਉਹ ਦਾਤਾ ਭੇਜ ਰਿਹਾ, ਅੰਤੇ ਨੀ ਕੋਈ ਕਿਸੇ ਚੀਜ਼ ਦੀ ਟੋਟ ਨੀ। ਦਾਲ ਬਣਾਉਣ ਜਾ ਰਿਹਾ, ਸੰਗਤਾਂ ਦੀ ਸੇਵਾ ਕਰਦੇ ਆ, ਮਹਾਰਾਜ ਆਪੇ ਸੁਣੂਗਾ ਫਰਿਆਦ। 60-70 ਸਾਲ ਦੇ ਹੋ, ਕੰਮ ਰੋਟੀਆਂ ਵਗੈਰਾ ਬਣਾ ਲੈਂਦੇ, ਲੰਗਰ ਆਪ ਬਣਾਉਂਦੇ ਤੁਸੀਂ? ਆਪ ਬਣਾਉਨੇ ਆ, ਕਹਿ ਕਿ ਆਪ ਬਣਾਉਨੇ, ਸਾਡੇ ਬੱਚੇ ਆਏ ਹੋਏ ਨੇ ਉਹਨਾਂ ਨੂੰ ਪਕਾ ਕੇ ਦਿੰਨੇ ਆ, ਬਣਾਉਨੇ ਆ, ਫੇਰ ਨਹੀਂ ਠੰਡੀਆਂ ਸੱਤੀਆਂ ਖਾਂਦੇ ਕਿਤੇ, ਅਸੀਂ ਫੇਰ ਆਪਦੇ ਬੱਚਿਆਂ ਦੇ ਨਾਲ ਆਪ ਆਏ ਆ ਵੀ ਪੁੱਤੋ ਸਾਨੂੰ ਰੋਟੀਆਂ ਪਕਾ ਪਕਾ ਤੱਤੀਆਂ ਖਵਾਉਂਦੇ ਹੋ? ਹਾਂ ਤੱਤੀਆਂ ਖਵਾਉਨੇ ਆ, ਅਸੀਂ ਤਾਂ ਲੈਂਦੀਆਂ ਪ੍ਰਸੰਨ ਹੋ ਜਾਂਦੀ ਆ ਸੰਗਤ ਖਸ਼ਾ ਕੇ, ਠੰਡਾ ਸਿਆਲ ਚ ਠੰਡਾ ਪ੍ਰਸ਼ਾਦਾ ਨਹੀਂ ਬਿਰਧ ਬੰਦਿਆਂ ਤੋਂ ਖਸ਼ਕਿਆ ਜਾਂਦਾ, ਤਾਜ਼ਾ ਤਾਜ਼ਾ ਖਾ ਕੇ ਕਹਿੰਦੇ ਆ ਇੱਥੇ ਬੈਠੋ ਛਕੋ। ਹਾਂਜੀ ਤੁਹਾਡੀ ਕਿੰਨੀ ਉਮਰ ਹੈ? ਇੰਨੀ ਕੇ ਹੋਊਗੀ ਬਾਈ, ਅਸੀਂ ਸਾਰੇ ਬੰਦੇ ਬਹੁਤ ਹੈ। ਕੀ ਹੋਏਗੀ ਉਮਰ? 70 ਸਾਲ ਦੀ ਹੋਊਗੀ। 70 ਸਾਲ ਦੀ? ਹਾਂ। ਕੋਈ ਠੀਕ ਹੋ? ਕੋਈ ਠੰਡੀ ਟਰਾਲੀ ਪਈ ਹੈ? ਕੋਈ ਬਿਮਾਰ ਸ਼ੇ ਆ ਤਾਂ? ਤਕਲੀਫ ਨਹੀਂ ਬਾਈ, ਕੋਈ ਵੀ ਤਕਲੀਫ ਨਹੀਂ, ਤਾਂ ਬੈਠਾ ਮੌਜ ਨਾ, ਪਰ ਲੈ ਕੇ ਜਾ ਆਪਣਾ ਹੱਕ, ਜਾਂ ਸਾਨੂੰ ਹੱਕ ਮਿਲ ਜੂਗਾ ਫਿਰ ਵਾਪਸ ਆਵਾਂਗੇ। ਹਾਂ ਜੀ ਬੈਠਾਂਗੇ, ਤਾਂ ਕਿ ਜੀ ਉਰੀਓ ਬੈਠਾਂਗੇ, ਅਸੀਂ ਜਾਂਦੇ ਨਹੀਂ ਹੈਗੇ, ਕਦੇ ਬੋਲ ਪਏ ਕਦੇ ਕਹਿ ਦੇ ਵੀ ਹਾਂ ਹੱਕ ਦਿੰਦਾ ਮੈਂ, ਉਦੀ ਫਿਰ ਵਗ ਜਾ। ਅਸੀਂ ਬਹੁਤ ਔਖੇ ਹੋ ਕੇ ਨਾ ਫਿਰ ਆਏ ਆ, ਅਸੀਂ ਪਰਾਲੀਆਂ ਕਰਨੀਆਂ ਵੀ ਔਖੇ ਹੁੰਦੇ ਤੇ ਫੂਸ ਕੱਢਦੇ ਤੇ ਔਖੇ। ਸਾਨੂੰ ਰੇਲ ਤੇ ਮੈਂ ਸੰਗਰੂਰ ਸਟੇਸ਼ਨ ਤੇ ਜਾਂਦੇ ਨੇ, ਧਰਨੇ ਲਾਉਂਦੇ ਨੇ। ਅੱਛਾ, ਰੇਲ ਰੋਕੋ ਸੱਦੇ ਤੇ ਬੈਠੇ ਸੀ? ਹਾਂ 24 ਸਪਟੰਬਰ ਨੂੰ ਸ਼ੁਰੂ ਹੋਇਆ ਸੀ। ਹਾਂ ਫਿਰ ਇੱਥੇ ਆਇਆ, ਉਸ ਤੋਂ ਬਾਅਦ ਚੁਰੇ ਆਇਆ। ਬਾਈ ਸਰ 26 ਤਰੀਕ ਨੂੰ ਆਇਆ। ਅੱਛਾ ਤਾਂ ਹਾਂ, ਹੋਰ ਕੋਈ ਵੀ ਸਾਨੂੰ ਕੋਈ 26 ਤਰੀਕ ਨੂੰ ਜਦੋਂ ਆਏ 26 ਰੋੜਾ ਪੱਟੀਆਂ ਗਈਆਂ ਸੀਗੀਆਂ, ਬਾਰਡਰ ਜਿਹੜੇ ਸੀਲ ਕੀਤੇ ਗਏ ਸੀਗੇ ਉਹ ਮੂਰੇ ਤੋੜਦੇ ਆਏ ਬਾਰਡਰ ਮੂਰੇ, ਸਾਡੇ ਨੌਜਵਾਨ ਆਏ ਚੱਕ ਚੱਕ ਮਾਰੇ, ਕੀ ਚੀਜ਼ ਨੇ ਇਹ? ਹਰੇਕ ਤੋੜਤਾ, ਇਹ ਕੋਈ ਚੀਜ਼ ਨਹੀਂ ਆ, ਹੁਣ ਦੇ ਜਵਾਨਾਂ ਲਵੇ ਮੂਰੇ ਕੁਛ ਨਹੀਂ, ਬਾਰਡਰ ਛੱਡਦੇ
ਉਹ ਮਾਰੇ ਚੱਕ ਚੱਕ ਇਹ ਪਾਣੀ ਦੀਆਂ ਮਸ਼ਕਾਂ ਜਿਹੜੀ ਬਿਰਦਾਂ ਤੇ ਪਾਉਂਦੇ ਨੇ ਉਹ ਗਾਹਾਂ ਸੁੱਖ ਨਹੀਂ ਪਾਉਂਦੇ ਪਾਣੀ ਪਾਈ ਜਾਣ ਚਾਹੇ ਕੁਛ ਪਾਈ ਜਾਣਾ ਬੈਠਿਆ ਪਾਣੀ ਤੋਂ ਡਰ ਕੇ ਨਹੀਂ ਜਾਂਦੇ ਜਵਾਕਾਂ ਨੂੰ ਛੱਡ ਕੇ ਸਾਡਾ ਕੀ ਬਣੂਗਾ ਅਸੀਂ ਜਵਾਕਾਂ ਦੇ ਨਾਲ ਆ ਜੋ ਕੁਛ ਸਾਡੇ ਜਵਾਕ ਕਰਨਗੇ ਅਸੀਂ ਉਹੀ ਕਰਾਂਗੇ ਬਾਈ ਉਹਦੀ ਮਰਜ਼ੀ ਆ ਮੰਨ ਜੇ ਨਹੀਂ ਉਹਦੀ ਮਰਜ਼ੀ ਆ ਬੈਠੇ ਆ ਜਾਂਦੇ ਨਹੀਂ ਪਕਾਉਂਦੇ ਆ ਖਾਂਦੇ ਆ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਮਾਂ ਵਾਧੂ ਹੈ ਦੇਖ ਸਕਦੇ ਹੋ ਬੀਬੀਆਂ ਇੱਥੇ ਪਹੁੰਚੀਆਂ ਨੇ ਲੰਗਰ ਜਿਹੜੇ ਨੇ ਪਕਾਏ ਜਾ ਰਹੇ ਨੇ ਤੇ ਬੀਬੀਆਂ ਕਹਿ ਰਹੀਆਂ ਨੇ ਅਸੀਂ ਪੂਰੀ ਫੈਮਿਲੀ ਲੈ ਕੇ ਸਹਿ ਪਰਿਵਾਰ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਅੱਗੇ ਖੜੇ ਨੇ ਕਿ ਜਦ ਤੱਕ ਇਹ ਬਿੱਲ ਰੱਦ ਨਹੀਂ ਵਾਪਸ ਨਹੀਂ ਹੁੰਦੇ ਉਦੋਂ ਤੱਕ ਇੱਥੇ ਰਵਾਂਗੇ